पिछले 3-4 दिनों से लमीनी इलाके में बिजली सप्लाई बंद रहने से लोगों ने बिजली विभाग खिलाफ जमकर रोष प्रदर्शन किया। लोगों ने बताया कि पिछले कई महीनों से बिजली की किल्लत देखने को मिल रही है, लेकिन विभाग नया ट्रांसफार्मर लगाने की जगह पुराने से काम चला रहा है, जिसके कारण बिजली की तारें हर दूसरे दिन जल जाती हैं। वहीं इस संबंध में बिजली विभाग के अधिकारी का कहना है कि जल्द ही नया ट्रांसफार्मर लगा दिया जाएगा। मैं मोहल्ला वासियों वालों निवेदन करना है कि साडे इत्थे जिहड़ा ट्रांसफार्मर है 200 का जिहड़ा रखा जाए, तो ताइयां ही साडा हल है, क्योंकि रोज का जिहड़ा तारां दा जलन जुलन का प्रोग्राम हो रहा है। बच्चे दुखी है, औरतां दुखी है, जिहदे कारण कि बहुत सानूं दिक्कत आ रही है। साडे इत्थे तारां दा हल होना चाहिए, ट्रांसफार्मर नवां लगना चाहिए। ਸਾਡਾ ਇੱਥੇ ਆਪਾਂ ਮਤਲਬ ਪਲੈਂਥ ਪੂਰੀ ਤਿਆਰ ਕੀਤੀ ਪਈ ਹੈ। ਮੇਰੀ ਸ਼ਾਸਨ ਪ੍ਰਸ਼ਾਸਨ ਅੱਗੋਂ ਇਹੀ ਮੰਗ ਹੈ ਕਿ ਜਲਦੀ ਤੋਂ ਜਲਦੀ ਸਾਡਾ ਹੱਲ ਹੋਣਾ ਚਾਹੀਦਾ। ਕਿੰਨੀ ਕੁ ਦੇਰ ਤੋਂ ਤੁਹਾਨੂੰ ਇਹ ਸਮੱਸਿਆ ਆ ਰਹੀ ਹੈ? ਇਹ ਸਾਨੂੰ ਜੀ ਲਗਭਗ 15-20 ਦਿਨਾਂ ਤੋਂ ਸਮੱਸਿਆ, ਔਰ ਸਾਨੂੰ ਰੋਜ਼ ਨਵਾਂ ਲਾਲੀਪੋਪ ਦਿੱਤਾ ਜਾ ਰਿਹਾ ਮਹਿਕਮੇ ਵੱਲੋਂ ਵੀ, ਜਿਹੜੇ ਜਿਹਨਾਂ ਨੂੰ ਅਸੀਂ ਬਿਜਲੀ ਮਹਿਕਮੇ ਲਿਆਉਂਦੇ ਉਹ ਆਪਣਾ ਕੰਮ ਕਰਕੇ ਤੇ ਚੱਲ ਜਾਂਦੇ ਆ, ਪਰ ਪ੍ਰੋਪਰ ਸੋਲਿਊਸ਼ਨ ਨਹੀਂ ਹੁੰਦਾ। ਸਾਨੂੰ ਪ੍ਰੋਪਰ ਚਾਹੀਦਾ, ਟੈਂਪਰੇਰੀ ਨਹੀਂ ਚਾਹੀਦਾ, ਪਰਮਾਨੈਂਟ ਹੱਲ ਚਾਹੀਦਾ। ਤੇ ਜੇਈ ਜੇ SDO ਕਰਨਾ ਤੁਹਾਡੀ ਕੋਈ ਗੱਲਬਾਤ ਨਹੀਂ ਹੋਈ? ਜੇਈ SDO ਨਾਲ ਅਸੀਂ ਪਹਿਲਾਂ ਵੀ ਗੱਲ ਹੋਈ, ਉਹਨਾਂ ਨੇ ਸਾਨੂੰ ਪਹਿਲਾਂ ਵੀ ਕਿਹਾ ਸੀ ਵੀ ਕਰ ਦਿਆਂਗੇ, ਮਗਰ ਉਹਨਾਂ ਦੇ ਕੰਨਾਂ 'ਚ ਜੂੰ ਤੱਕ ਨਹੀਂ ਰਹਿੰਗੀ। ਜਿਹਦਾ ਸਾਨੂੰ ਬਹੁਤ ਦੁੱਖ ਹੈ ਕਿ ਸਾਡਾ ਕੰਮ ਪਹਿਲੀ ਆਧਾਰ 'ਤੇ ਹੋਣਾ ਚਾਹੀਦਾ। ਤੇ ਹੁਣ ਤੁਸੀਂ ਪ੍ਰਸ਼ਾਸਨ ਅੱਗੇ ਕੀ ਮੰਗ ਰੱਖਦੇ ਹੋ? ਪ੍ਰਸ਼ਾਸਨ ਅੱਗੇ ਸਾਡੀ ਇਹੀ ਮੰਗ ਹੈ ਕਿ ਸਾਡਾ ਹੱਲ ਹੋਣਾ ਚਾਹੀਦਾ, ਟਰਾਂਸਫਾਰਮਰ ਸਾਡਾ ਲੱਗਣਾ ਚਾਹੀਦਾ, ਤਾਰਾਂ ਜਿਹੜੀਆਂ ਹੋਣ ਵਾਲੀਆਂ ਇਹਨਾਂ ਦਾ ਪ੍ਰੋਪਰ ਹੱਲ ਹੋਣਾ ਚਾਹੀਦਾ। ਮੈਂ ਵਿਜੇ ਕੁਮਾਰ ਜੀ, ਵਿਸ਼ਕਰਮਾ ਨਗਰ ਮਿਲੀ ਦਾ ਰਹਿਣ ਵਾਲਾ ਵਾਸੀ। ਦੇਖੋ ਜੀ, 6 ਮਹੀਨੇ ਤੋਂ ਵੀ ਜ਼ਿਆਦਾ ਹੋ ਚੁੱਕੇ ਆ ਜਿਹੜੇ ਸਾਨੂੰ ਬਿਜਲੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ। ਇਹ ਮਹਿਕਮਾ ਜਿਹੜਾ ਹਰ ਵਾਰ ਸਾਨੂੰ ਲਾਲੀਪੋਪ ਹੱਥੀਂ ਫੜਾ ਕੇ ਤੇ ਭੇਜ ਦਿੰਦਾ ਹੈਗਾ। ਇਹਦੇ ਨੁਮਾਇੰਦੇ ਜਿਹੜੇ JEE ਹੈਗੇ, ਉਹਨਾਂ ਨੂੰ ਇਹ ਨਹੀਂ ਪਤਾ ਹੈਗਾ 95 ਦੀ ਕੇਬਲ ਲਵਾਈ ਹੈ ਅਤੇ 50 ਦੀ ਲਾਈਨ ਲੱਗੇ ਦੇ ਆ। ਇਹਨਾਂ ਨੂੰ ਇਹ ਨਹੀਂ ਪਤਾ ਵੀ ਦੁਬਾਰਾ 95 ਲਗਾਉਣੀ ਹੈਗੀ ਆ। ਇਹਨਾਂ ਨੇ ਫਿਰ ਇਹਨਾਂ ਨੂੰ ਅਸੀਂ ਰਿਕੁਆਇਰਮੈਂਟ ਦਿੱਤੀ ਸਾਨੂੰ 200 ਦਾ ਉਹ ਲਾ ਕੀਤਾ ਜਾਵੇ ਟਰਾਂਸਫਾਰਮ। ਇਹਨਾਂ ਨੇ ਫਿਰ ਲਾਲੀਪੋਪ ਦੇ ਤਾ, 100 ਦਾ ਲਸਰ ਰਖਾ ਕੇ ਉਹ ਵਾਰ ਵਾਰ ਕੇਬਲ ਸੜੇ ਕਰਦੀ ਹੈ। 3 ਦਿਨ ਤੋਂ ਅਸੀਂ ਲਗਾਤਾਰ ਲਮੀਨੀ ਵਾਸੀ ਸੁੱਤੇ ਨਹੀਂ ਹੈਗੇ। ਜੇ ਆਪਣੀ ਇਹ ਉਚਿਤ ਕਾਰਵਾਈ ਨਹੀਂ ਕਰਦੇ, ਅਸੀਂ ਪਠਾਨਕੋਟ ਸ਼ਹਿਰ ਦਾ ਚੱਕਾ ਜਾਮ ਕਰਾਂਗੇ ਤੇ ਇਹਦੇ ਉੱਪਰ ਅਫਸਰ ਸਾਈ ਨੂੰ ਹਿਲਾ ਕੇ ਦੱਸਾਂਗੇ। ਅਸੀਂ ਇਸ ਕਰਕੇ ਕਹਿੰਦੇ ਹਾਂ, ਹੱਥ ਜੋੜ ਕੇ ਬੇਨਤੀ ਕਰ ਰਹੇ ਹਾਂ ਵੀ ਸਾਡੀ ਜਿਹੜੀ ਮੰਗ ਪੂਰੀ ਕੀਤੀ ਜਾਵੇ, ਸਾਡੇ ਮਹੱਲੇ ਦਾ ਸੁਧਾਰ ਕੀਤਾ ਜਾਏ, ਉਹ ਜਿਹੜਾ ਗੰਦ ਹੈਗਾ ਉੱਥੋਂ ਪੂਰਾ ਕੱਢਿਆ ਜਾਵੇ। ਮਿਹਰਬਾਨੀ ਜੀ। ਤੁਸੀਂ ਪਹਿਲੇ ਇਹਨਾਂ ਨੂੰ ਕੋਈ ਐਪਲੀਕੇਸ਼ਨ ਕੋਈ ਰਿਟਨ 'ਚ ਦਿੱਤਾ? ਸਰ, ਇਹਨਾਂ ਨੂੰ ਰਿਟਨ ਦੇ ਵਿੱਚ ਅਸੀਂ 6 ਐਪਲੀਕੇਸ਼ਨਾਂ, ਸਾਡੇ ਬਜ਼ੁਰਗ ਵੀ ਇੱਥੇ ਆਏ ਆ, ਉਹਨਾਂ ਨੂੰ ਠੰਡਾ ਪਾਣੀ ਪਿਆ ਕੇ ਨਾ ਭੇਜਦਾ, ਕਹਿੰਦੇ ਅਸੀਂ ਐਸਟੀਮੇਟ ਦਿੱਤੇ ਦਾ ਐਸਟੀਮੇਟ ਦਿੱਤੇ ਦਾ, ਪੁਰਾਣਾ ਐਕਸੀਅਨ ਵੀ ਚੇਂਜ ਹੋ ਗਿਆ, ਹੁਣ ਨਵਾਂ ਆ ਗਿਆ, ਅਸੀਂ ਉਹਦਾ ਮੁਰਦਾਬਾਦ ਨਹੀਂ ਕਰ ਸਕਦੇ, ਉਹਨੂੰ ਸਾਡੀ ਪ੍ਰੋਬਲਮ ਦੇ ਬਾਰੇ ਨਹੀਂ ਹੈਗਾ ਪਤਾ। ਅਸੀਂ ਇਸ ਕਰਕੇ ਨਵੇਂ ਐਕਸੀਅਨ ਸਾਹਿਬ ਕੋਲ ਆਏ ਆ, ਜੇ ਸਾਡਾ ਅੱਜ ਮੁਰਦਾ ਹੱਦ ਕਰਦੇ ਆ ਤੇ ਠੀਕ ਹੈ, ਨਹੀਂ ਤੇ ਕੱਲ ਅਸੀਂ ਚੱਕਾ ਜਾਮ ਕਰਾਂਗੇ। ਜੇ ਉਹ ਵੀ ਨਹੀਂ ਮੰਨਣਗੇ, ਉਸ ਤੋਂ ਬਾਅਦ ਅਸੀਂ ਕਿਹਾ ਹੋਇਆ ਸਖਤ ਐਕਸ਼ਨ ਉਠਣਗੇ, ਜਿਹੜਾ ਪੂਰਾ ਜੋ ਵੀ ਹੋਏਗਾ ਉਹ ਪੰਜਾਬ ਬਿਜਲੀ ਬੋਰਡ ਦੇ ਉੱਤੇ ਹੀ ਜ਼ਿੰਮੇਵਾਰੀ ਹੋਏਗੀ ਉਸ ਮੁੱਦੇ ਦੀ। ਅਸੀਂ ਉਸ ਮੁੱਦੇ ਦਾ ਕੋਈ ਖੁਲਾਸਾ ਇਸ ਵੇਲੇ ਨਹੀਂ ਕਰਾਂਗੇ। ਉਹਨੂੰ ਲੈ ਕੇ ਤੁਹਾਡੇ ਨੂੰ ਕੀ ਆਸ਼ਵਾਸਨ ਜਿਹੜਾ ਉਹਨੂੰ ਲੈਣਾ ਸੀ ਦਿੱਤਾ ਗਿਆ? ਚਲੋ, ਇਹ ਸਮੱਸਿਆ ਤੇ ਕਾਫੀ ਮਤਲਬ ਦੇਰ ਦੀ ਹੈਗੀ ਸੀ ਤੇ ਮੈਂ ਮਤਲਬ ਮਸੀਲ ਕਰੋ ਪਹਿਲੇ ਵੀ ਮੈਨੂੰ ਧਿਆਨ ਦਿਲਵਾਇਆ ਤੇ ਮੈਂ ਕਿਹਾ ਕੋਈ ਪਲੰਥ ਬਣਾ ਦਿਓ ਤੇ ਪਲੰਥ ਬਣਾਉਣ ਤੋਂ ਬਾਅਦ ਚਲੋ ਮੈਂ ਐਸਟੀਮੇਟ ਬਣਾ ਕੇ ਨਹੀਂ ਇਹ ਹੁਣ ਟਰਾਂਸਫਰ ਜਿਹੜਾ 200 ਨਿਕਾਲ ਕਿਹਾ ਸੀ ਇਹਨਾਂ ਨੂੰ, ਪਰ ਹੁਣ ਇਹ ਆ ਵੀ ਚਲੋ ਪੈਟੀਸ਼ਨ ਚੱਲ ਰਿਹਾ ਤੇ 200 ਟਰਾਂਸ ਦੀ ਜਿਹੜੀ ਛੱਡ ਆ ਰਹੀ ਹੈ ਤੇ ਜਦੋਂ ਮਿਲਦਾ ਮੈਂ ਉਦੋਂ ਮਿਲਦਾ ਇਲੈਕਟ੍ਰਿਕ ਗੱਡੀ ਚ ਕਰੂੰਗਾ।